ਮੇਰੀ ਪੱਗ ਦੀ ਚਾਲਰ ਬਣ ਜਾਵਾਂ ਵੇ ਮੇਰੇ ਪੁਲਸੀਆ ਯਾਰਾ, ਤੇਰੀ ਪੱਗ ਦੀ ਚਾਲਰ ਬਣ ਜਾਵਾਂ ਵੇ ਮੇਰੇ ਪੁਲਸੀਆ ਯਾਰਾ। ਲਓ ਜੀ, ਬਿਕਰ ਬਾਦਸ਼ਾਹ ਇੱਕ ਵਾਰ ਫਿਰ ਹਾਜ਼ਰ ਹੋ ਗਿਆ ਤੁਹਾਡੇ ਕੋਲ। ਇੱਕ ਮਿੰਟ, ਫੋਨ ਕਿਹਦਾ ਆ ਗਿਆ? ਇਹ ਤਾਂ ਕੋਈ ਅਨਨੋਨ ਨੰਬਰ ਹੀ ਆ। ਹੈਲੋ, ਯੈਸ, ਦਿਸ ਇਜ਼ ਦ ਬਿਕਰ ਬਾਦਸ਼ਾਹ ਆਫ ਦਾ ਇੰਡੀਆ ਐਂਡ ਦਾ ਇੰਗਲੈਂਡ ਇਨ USA। ਯੈਸ ਯੈਸ, ਹੂ ਆਰ ਯੂ? ਆਈ ਓਕੇ। ਭਾਅ ਜੀ, ਪੰਜਾਬੀ 'ਚ ਗੱਲ ਕਰ ਲਓ, ਚੰਗੇ ਰਹੋਗੇ ਤੁਸੀਂ ਵੀ ਅਤੇ ਮੈਂ ਵੀ, ਦੋਨੋਂ ਹੀ। ਗੇਰ ਤੁਹਾਡਾ ਵੀ ਅੜਦਾ। ਹਾਂ, ਬੋਲੋ। ਹਾਂਜੀ, ਬਿਕਰ ਬਾਦਸ਼ਾਹ ਬੋਲ ਰਿਹਾ ਜੀ। ਕਿ ਲੋਕ ਇਕੱਠੇ ਹੋਏ ਬਹੁਤ? ਮਿੱਟੀ ਦੀ ਤੇਲ ਦੀ ਲਾਈਨ ਤਾਂ ਨਹੀਂ? ਉਹ ਚੈੱਕ ਕਰੋ ਕਿਤੇ ਵੋਟਾਂ ਵੋਟਾਂ ਪਾਉਣ ਵਾਲੇ ਨਾ ਹੋਣ। ਅੱਛਾ, ਤੁਸੀਂ ਦੂਰੋਂ ਹੀ ਦੇਖਿਆ? ਚਲੋ ਕੋਈ ਗੱਲ ਨਹੀਂ ਜੀ, ਪਹੁੰਚ ਜਾਂਦਾ ਮੈਂ, ਦੱਸੋ ਕਿੱਥੇ ਪਹੁੰਚਣਾ। ਅੱਛਾ, ਇਹ ਸਟੋਕਟਨ ਬੁਲੇਵਾਰਡ, ਠੀਕ ਹੈ ਜੀ, ਸਟੋਕਟਨ ਬੁਲੇਵਾਰਡ ਸੈਕਰਾਮੈਂਟੋ। ਮੈਂ ਉੱਥੇ ਨੇੜੇ ਹੀ ਹਾਂ ਕਿਉਂਕਿ ਮੈਂ ਤੁਰਿਆ ਫਿਰਦਾ ਰਹਿੰਦਾ ਵੈਸੇ ਵੀ, ਜਿੱਥੇ ਮੈਨੂੰ ਪਹੁੰਚਣਾ ਹੁੰਦਾ ਨਾ ਜੀ। ਇੱਕ ਲਾਈਕ ਸਟੇਲੇਡਾ ਨਹੀਂ ਹੁੰਦਾ, ਛਲੇਡਾ, ਛਲੇਡਾ, ਹਾਂ, ਉਹ ਮੇਰੇ ਵਿੱਚ ਥੋੜ੍ਹੀ ਜਿਹੀ ਆਤਮਾ ਹੈਗੀ, ਮੈਂ ਮਿੰਟ 'ਚ ਪਹੁੰਚ ਜਾਂਦਾ ਹੁੰਦਾ। ਤੁਸੀਂ, ਮੈਂ ਕਹਿੰਦਾ ਫਿਕਰ ਨਾ ਕਰੋ ਜੀ, ਜਿਹਦਾ ਮਰਜ਼ੀ ਰਸ਼ ਹੋਵੇ ਬਿਕਰ ਬਾਦਸ਼ਾਹ ਨੇ ਇੱਕ ਮਿੰਟ ਸਾਰਾ ਸੈੱਟ ਕਰ ਦੇਣਾ ਜੀ। ਕੋਈ ਨਹੀਂ, ਮੈਂ ਪਹੁੰਚ ਕੇ ਦੇਖਦਾ ਸਟੋਕਟਨ ਬੁਲੇਵਾਰਡ। ਹਾਂ, ਓਕੇ, ਜਨਾਬ ਨੂੰ ਦੱਸ ਹੀ ਦੇਵਾਂ, ਲੱਗਦੇ ਹੱਥ ਜੀ। ਜਨਾਬ, ਜੈ ਹਿੰਦ ਜੀ। ਹਾਂਜੀ ਹਾਂਜੀ, ਬਿਕਰ ਬਾਦਸ਼ਾਹ ਇਜ਼ ਹੇਅਰ ਰਿਪੋਰਟਿੰਗ ਯੂ। ਉਹ ਸਰ, ਮੈਂ ਫੋਨ ਆਇਆ ਸੀ ਕੋਈ, ਮੈਨੂੰ ਦੱਸੋ ਮੈਂ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਤਾਂ ਅਮਰੀਕਾ ਦੇ ਵਿੱਚ ਕੋਈ ਕਾਨੂੰਨ ਤਾਂ ਨਹੀਂ ਹੈਗਾ ਵੀ ਪੰਜਾਬ ਪੁਲਿਸ ਜਾ ਨਹੀਂ ਸਕਦੀ? ਫੋਨ ਆਇਆ ਸੀ, ਲੋਕ ਇਕੱਠੇ ਹੋਏ ਨੇ ਜੀ, ਕਹਿੰਦੇ ਕਾਫੀ ਸਾਰੇ ਕਿਤੇ ਨਹੀਂ। ਇੱਥੇ ਕਿਹੜੇ ਧਾਰਾ 144 ਲੱਗੀ ਹੈ ਜੀ, ਅਮਰੀਕਾ ਦੀ ਗੱਲ ਕਰਦਾ। ਚਲੋ ਛੱਡੋ ਜਨਾਬ, ਕੁਛ ਵੀ ਹੋਇਆ ਮੈਂ ਜਾ ਕੇ ਦੇਖ ਕੇ ਉਹਨਾਂ ਵੀ ਹੈ ਕੀ ਮਾਹੌਲ ਉੱਥੇ। ਯੂ ਡੋਂਟ ਵਰੀ, ਆਈ ਵਿਲ ਹੈਂਡਲ, ਆਈ ਵਿਲ ਟੈਕਲ। ਓਕੇ, ਥੈਂਕ ਯੂ। ਲਓ ਜੀ, ਸਟੋਕਟਨ ਬੁਲੇਵਾਰਡ ਤਾਂ ਆਹੀ ਆ, ਬਿਕਰ ਬਾਦਸ਼ਾਹ 'ਤੇ ਪਹੁੰਚ ਗਿਆ। ਰਸ਼ ਰੂ ਸੋਹਣਾ, ਰੌਣਕਾਂ ਲੱਗੀਆਂ ਪਈਆਂ ਪੂਰੀਆਂ, ਪਾਰਕਿੰਗਾਂ ਗੱਡੀਆਂ ਭਰੀਆਂ ਪਈਆਂ। ਮੈਨੂੰ ਲੱਗਦਾ ਕਾਫੀ ਇੱਥੇ ਕੋਈ ਨਾ ਕੋਈ ਜਾਂ ਤਾਂ ਪ੍ਰੋਗਰਾਮ ਹੋਣਾ ਜਾਂ ਫਿਰ ਕੋਈ ਪ੍ਰੋਗਰਾਮ ਹੋਣਾ। ਚਲੋ ਜੀ, ਚਾਹੇ ਪ੍ਰੋਗਰਾਮ ਹੋਵੇ ਚਾਹੇ ਪ੍ਰੋਗਰਾਮ ਹੋਵੇ, ਬਿਕਰ ਬਾਦਸ਼ਾਹ ਨੇ ਤਾਂ ਆਪਣਾ ਕੰਮ ਕਰਨਾ, ਦੇਖਦੇ ਕੀ ਆ। ਹੈਲੋ ਸਰ, ਓ ਆਈ ਐਮ ਸੋਰੀ ਜੀ, ਐਕਚੁਅਲੀ ਆਈ ਵਾਜ ਲੁਕਿੰਗ ਸਮਵਨ। ਹਾਂਜੀ, ਪੰਜਾਬ ਡੂਇੰਗ ਹੇਅਰ, ਦਿਹਾੜੀ ਲਾਉਣਾ ਹੈ ਜੀ, ਦਿਹਾੜੀ ਲਾਉਣਾ ਪੰਜਾਬ। ਹਾਂਜੀ, ਤੁਹਾਡਾ ਕੀ ਨਾਮ ਜੀ? ਵਰਿੰਦਰ। ਵਰਿੰਦਰ ਜੀ, ਕਿਹੜਾ ਏਰੀਆ? ਤੁਸੀਂ ਬੜੇ ਫਿਲਮੀ ਲੱਗਦੇ ਜੀ, ਹੀਰੋ ਦੇਖੋ ਪੂਰੇ ਐਨ ਹੈਡ ਸ਼ੈਟ ਲੈ ਕੇ। ਆਪਾਂ ਜਲੰਧਰ ਤੋਂ ਆ ਜੀ। ਅੱਛਾ ਜੀ, ਹੁਣੇ ਹੀ ਆਏ ਆ, ਫਿਲਮਾਂ 'ਚ ਕੰਮ ਕਰਦੇ? ਫਿਲਮਾਂ 'ਚ ਕੰਮ ਕਰਦੇ ਮੈਨੂੰ ਲੱਗਦਾ ਜੀ, ਪੱਕਾ। ਠੀਕ ਹੈ ਜੀ, ਠੀਕ ਹੈ ਜੀ। ਚਲੋ ਜੀ, ਹੋਰਨ ਵੈਸੇ ਇੱਧਰ ਅਲਾਊਡ ਨਹੀਂ, ਮੈਂ ਤੁਹਾਡਾ ਚਲਾਨ ਕਰ ਸਕਦਾ ਪਰ ਕਰਨਾ ਨਹੀਂ। ਥੈਂਕ ਯੂ ਤੁਹਾਡਾ, ਬਹੁਤ ਛੋਟਾ ਜਿਹਾ ਕਰੀਓ, ਬਹੁਤ ਚਲਾਨ ਪੰਜਾਬ 'ਚ ਕਰਦੇ ਆ। ਮਿਹਰਬਾਨੀ ਜੀ, ਮਿਹਰਬਾਨੀ, ਕਰੂੰਗਾ ਤੁਹਾਡਾ। ਓਕੇ ਜੀ, ਥੈਂਕ ਯੂ। ਬਚਾ ਹੋ ਗਏ, ਡਰਾ ਹੀ ਦਿੱਤਾ ਸੀ ਯਾਰ। ਉਹ ਤੁਹਾਡਾ ਭਲਾ ਹੋ ਜੇ ਇੰਨੀ ਜਨਤਾ, ਪਤਾ ਕਰੀਏ ਫਿਰ ਜਰਾ। ਆ ਕਿਹਦੀਆਂ ਵੀ ਕੁਰਸੀਆਂ ਇਹ? ਹੈਲੋ, ਆਪਣੀਆਂ ਕੁਰਸੀਆਂ? ਹਾਂਜੀ, ਆਪਣੀਆਂ। ਇਹ ਚਲਾਨ ਬਣਦਾ ਤੁਹਾਡਾ? ਉਹ ਚਲਾਨ ਭਾਜੀ, ਮੈਂ ਅਗਰ ਡਿੱਗ ਪੈਂਦਾ ਜੀ ਕੁਰਸੀ ਚੜ ਕੇ? ਨਹੀਂ, ਤੁਸੀਂ ਕੁਰਸੀ 'ਤੇ ਬੈਠੇ ਨਹੀਂ ਡਿੱਗਣਾ? ਤਾਂ ਅੱਛਾ, ਕੁਰਸੀ ਦੇ ਉੱਪਰ ਬਹਿਣਾ ਹੁੰਦਾ? ਹਾਂਜੀ ਹਾਂਜੀ। ਅੜ ਕੇ ਨਹੀਂ ਡਿੱਗਣਾ? ਹਾਂਜੀ ਹਾਂਜੀ, ਠੀਕ ਹੈ। ਤੁਹਾਡਾ ਪਹਿਲਾਂ ਕੱਟੀ? ਤੁਹਾਡਾ ਨਾਂ ਕੀ ਹੈ? ਜਸਵਿੰਦਰ ਸਿੰਘ, ਪੰਜਾਬ ਪੁਲਿਸ ਕੋ ਦੇਖ ਕਰਕੇ। ਭਾਜੀ, ਮੈਂ ਰਮਨ ਦਾ ਡੈਡੀ ਹਾਂ, ਤੁਸੀਂ ਰਮਨ ਨੂੰ ਜਾਣਦੇ ਨਾ, ਸਨਲਾਈਟ ਵਾਲੇ ਦੇ ਦੋਸਤ? ਨਹੀਂ, ਮੈਂ ਦੇਖੋ ਜੀ, ਪੰਜਾਬ ਪੁਲਿਸ ਦੇ ਘਰਦਿਆਂ ਨੂੰ ਨਹੀਂ, ਜਦੋਂ ਪੰਜਾਬ ਪੁਲਿਸ ਨੇ ਪੈਸੇ ਲੈਣੇ ਆ ਉਸ ਅਗੇ ਘਰਦਿਆਂ ਨੂੰ ਨਹੀਂ ਜਾਣ ਦਿੰਦੇ? ਜਾਣਦੇ ਆ ਤੁਸੀਂ, ਇਹ ਗੱਲ ਕਰਵਾਣਾ। ਠੀਕ ਹੈ, ਚਲੋ, ਮਿਹਰਬਾਨੀ ਜੀ, ਮਿਹਰਬਾਨੀ। ਹਾਂਜੀ, ਠੰਡ ਲੱਗਦੀ ਤੁਹਾਨੂੰ? ਹਾਂਜੀ, ਮੈਨੂੰ ਤਾਂ ਲੱਗਦੀ ਨਹੀਂ ਪੰਜਾਬ ਪੁਲਿਸ ਨੂੰ, ਪੰਜਾਬ ਪੁਲਿਸ ਦੀ ਹੈ। ਅੱਛਾ, ਤੁਹਾਨੂੰ, ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ? ਅਸੀਂ ਜਲੰਧਰ ਤੋਂ। ਤੇ ਪੰਜਾਬ 'ਚ ਪੁਲਿਸ ਨੂੰ ਮਾਮੇ ਕਾਹਤੋਂ ਕਹਿੰਦੇ? ਕਹਿੰਦੇ ਨਾ। ਹਾਂਜੀ, ਕਿਉਂ ਕਹਿੰਦੇ ਦੱਸੋ, ਤੁਸੀਂ ਕਿਹਾ ਕਹਦੇ? ਕਹਦੇ ਪਰ ਪਤਾ ਨਹੀਂ ਕਿਉਂ ਕਹਿੰਦੇ। ਅੱਛਾ ਅੱਛਾ, ਹਾਂਜੀ, ਤੁਹਾਡਾ ਕੀ ਨਾਮ ਜੀ? ਜਸਵਿੰਦਰ ਕੌਰ। ਹਾਂਜੀ, ਤੁਸੀਂ ਦੱਸ ਸਕਦੇ ਜੀ ਕਿਉਂ ਕਹਿੰਦੇ ਪੰਜਾਬ ਪੁਲਿਸ ਨੂੰ ਮਾਮੇ? ਨਹੀਂ। ਅੱਛਾ ਜੀ, ਅਤੇ ਤੁਸੀਂ ਮਤਲਬ, ਲੱਗਦਾ ਨਹੀਂ ਤੁਹਾਡਾ ਪਿਆਰ ਲੱਗਦਾ ਆਪਸ ਵਿੱਚ ਕਾਫੀ ਨਾ? ਬਿਲਕੁਲ ਗੂੜਾ ਜੀ ਲੱਗਦਾ। ਤੁਸੀਂ ਡਰਦੇ ਨਹੀਂ ਇਹਨਾਂ ਤੋਂ? ਡਰਾਉਂਦੇ ਨਹੀਂ? ਡਰਦੇ ਨਹੀਂ ਤੁਹਾਡੇ ਕੋਲ? ਡਰਦੇ ਨਾ, ਡਰੀਦਾ ਨਾ, ਡਰਾਈਦਾ। ਅੱਛਾ, ਫੇਰ ਬੜੀ ਵਧੀਆ ਗੱਲ ਹੈ ਜੀ। ਚਲੋ, ਇੱਧਰ ਦੇਖਦੇ ਹੋਰ ਗੱਲਬਾਤ ਕੀ ਮਾਹੌਲ ਆ। ਹਾਂਜੀ, ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ ਜੀ। ਵਧੀਆ, ਬਹੁਤ ਵਧੀਆ ਜੀ। ਬੜੀ ਰੌਣਕ ਲੱਗੀ ਜੀ ਇੱਥੇ? ਹਾਂਜੀ, ਬੜੀ ਰੌਣਕ ਹੈ ਜੀ। ਹਾਂਜੀ, ਮੈਂ ਕਿਹਾ ਚਲੋ ਰੌਣਕ ਲੱਗੀ ਤਾਂ ਪੰਜਾਬ ਪੁਲਿਸ ਜਾਣਾ ਬਣਦਾ ਜੀ। ਜਾਣ ਬਣਦਾ ਜੀ, ਬਣਦਾ, ਕੋਈ ਲੁੱਟਮਾਰ ਹੋ ਸਕਦੀ ਹੈ, ਕੁਝ ਵੀ ਹੋ ਸਕਦਾ। ਹਾਂਜੀ ਹਾਂਜੀ, ਮਾਹੌਲ ਵਿਗੜ ਸਕਦਾ, ਲੜਾਈ ਪੜਾਈ ਹੋ ਸਕਦੀ ਹੈ। ਹਾਂਜੀ ਹਾਂਜੀ, ਮੈਨੂੰ ਲੱਗਦਾ ਖੁਸ਼ੀ ਦਾ ਮਾਹੌਲ ਲੱਗਦਾ ਕੋਈ, ਇਹ ਤੇ ਪੰਜਾਬ ਪੁਲਿਸ ਨੂੰ ਖੁਸ਼ੀ ਦਾ ਬੁਲਾਉਂਦੇ ਨਹੀਂ ਕੋਈ? ਹਾਂਜੀ ਹਾਂਜੀ, ਨਹੀਂ, ਬਕਾਇਦਾ ਪੂੜੀਆਂ ਛੋਲੇ ਚਾਹ ਪਾਣੀ ਦਾ ਪ੍ਰਬੰਧ ਹੈ ਜੀ। ਅੱਛਾ, ਸਾਰਾ ਹੈਗਾ? ਹਾਂਜੀ, ਸਾਰਾ ਹੈਗਾ ਜੀ। ਫੇਰ ਠੀਕ ਹੈ। ਹਾਂਜੀ ਹਾਂਜੀ, ਚਲੋ, ਕੀ ਨਾਂ ਕੀ ਤੁਹਾਡਾ? ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਜੀ। ਮੈਂ ਪੁੱਛ ਰਿਹਾ ਸੀ ਪੰਜਾਬ ਪੁਲਿਸ ਨੂੰ ਮਾਮੇ ਕਾਹਤੋਂ ਕਹਿੰਦੇ ਪੰਜਾਬ 'ਚ?
ਇਹਦੇ ਵਿੱਚ ਬੜਾ ਪਿਆਰ ਹੈ ਜੀ ਇਹਨਾਂ ਨਾਲ। ਅੱਛਾ, ਦੋ ਵਾਰੀ ਮਾਂ ਕਹੀ ਮਾਮਾ ਬਣਦਾ ਜੀ। ਹਾਂ, ਜਿਵੇਂ ਨਾਨਕਿਆਂ ਨਾਲ ਬੜਾ ਪਿਆਰ ਹੁੰਦਾ। ਹਾਂਜੀ ਹਾਂਜੀ, ਮਾਮਾ ਦੋ ਵਾਰੀ ਮਾਂ ਕਹੀ ਮਾਮਾ ਬਣਦਾ। ਫਿਰ ਪੁਲਿਸ ਵਾਲਾ ਗੁੱਸਾ ਕਿਉਂ ਕਰਦੇ ਇਹਦਾ? ਪਤਾ ਨਹੀਂ ਕਾਹਤੇ ਕਰਦੇ। ਹਾਂ, ਗਲਤ ਗੱਲ ਆ, ਗੱਲ ਸਮਝ ਤੋਂ ਬਾਹਰ ਹੈ ਜੀ, ਤੁਹਾਨੂੰ ਪਤਾ ਹੋਊਗਾ ਜੀ। ਠੀਕ ਹੈ ਜੀ, ਕਰਦੇ ਪਤਾ ਕੋਈ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੈਕਟ ਜੁਕਟ ਪਾ ਲੈਣੇ, ਠੰਡ ਲੱਗ ਜਾਣੀ ਤੈਨੂੰ। ਪੁਲਿਸ ਵਾਲੇ ਕੋਲ ਪੈਸੇ ਦੀ ਗਰਮੀ ਬਥੇਰੀ ਹੁੰਦੀ ਹੈ ਜੀ। ਪੈਸਾ ਤਾਂ ਮਿਲੂਗਾ ਤਾਂ ਫੇਰ ਗਰਮੀ। ਜੇਬਾਂ ਗਰਮ ਹੋ ਜਾਂਦੀਆਂ ਜੀ, ਹਾਲੇ ਫੁੱਲ ਨਹੀਂ ਨਾ ਹੋਈਆਂ, ਹਾਲੇ ਤਾਂ ਟਿਕਾਇਆ, ਪੈਰ ਹੀ ਟਿਕਾਇਆ। ਪੁਲਿਸ ਵਾਲੇ ਕੋਲ ਠੰਡ ਵੀ ਰਹਿ ਜਾਂਦੀ ਵੈਸੇ ਨਾ ਜੀ। ਠੰਡ ਠੰਡ ਤੇ ਸ਼ਰਮ ਮੰਨਣ ਦੀਆਂ ਹੁੰਦੀਆਂ। ਸ਼ਰਮ ਵੀ ਜੇ ਮੰਨੋ ਲੱਗਦੀ ਹੈ, ਨਹੀਂ ਮੈਨੂੰ ਨਹੀਂ ਲੱਗਦੀ। ਠੰਡ ਵੀ ਜੇ ਮੰਨੋ ਲੱਗਦੀ, ਨਹੀਂ ਮੈਨੂੰ ਨਹੀਂ ਲੱਗਦੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਇੱਥੇ ਕੀ ਕਾਹਦੋ ਰਸ਼ ਹੈ ਜੀ ਇੰਨਾ? ਜੇ ਬੈਗ ਬੁਗ ਭਾਰਾ ਹੋਵੇ, ਸੋਨੇ ਦਾ 5-7 ਕਿਲੋ ਦਾ ਹੋਵੇ, ਚੱਕ ਕੇ ਵੀ ਮੈਂ ਲੈ ਜੂੰਗਾ ਜੀ। ਕੀ ਨਾਮ ਕੀ ਤੁਹਾਡਾ? ਕੁਲਦੀਪ। ਅੱਛਾ ਜੀ, ਤੇ ਅੱਜ ਫਿਰ ਇੱਥੇ ਸੋਨੇ ਦੀ ਸੇਲ ਜਿਹੜੀ ਚੱਲ ਰਹੀ ਹੈ, ਡਾਇਮੰਡ ਜੁਐਲਰੀ ਦੀ, ਖਰੀਦਣਾ ਹੋਇਆ ਤੁਸੀਂ ਹੈ ਨਾ? ਚਲੋ ਦੱਸ ਦਿਓ ਮੈਨੂੰ, ਵਧੀਆ ਡਿਜ਼ਾਈਨ ਲੱਗਾ ਲਵਾਂਗੇ ਜਰੂਰ। ਦੱਸ ਦਿਓ ਜਦੋਂ ਖਰੀਦਣਾ ਹੋਇਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਕੀ ਨਾਮ ਹੈ? ਨਿਮਰਤ। ਅੱਛਾ ਨਿਮਰਤ, ਤੁਸੀਂ ਖਰੀਦ ਲਿਆ ਕੁਛ ਖਰੀਦਣਾ? ਅੱਛਾ, ਹਜੇ ਮਤਲਬ ਵੇਟ ਕਰ ਰਹੇ ਹੋ? ਚਲੋ ਖਰੀਦੋ ਫਿਰ, ਮੈਨੂੰ ਦੱਸ ਦਿਓ, ਠੀਕ ਹੈ ਜੀ? ਸਿਕਿਉਰਿਟੀ ਵਾਸਤੇ ਮੈਂ ਹੈਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਨਾਲ ਗੱਲ ਹੋ ਗਈ। ਹਾਂਜੀ ਹਾਂਜੀ, ਤੁਹਾਡਾ ਨਾਮ ਦੱਸ ਦਿਓ। ਮੇਰਾ ਨਾਮ ਇਕਬਾਲ ਕੌਰ। ਅੱਛਾ ਜੀ, ਤੇ ਸੋਨੇ ਦੀ ਸੇਲ ਲੱਗੀ ਅੱਜ? ਹਾਂਜੀ ਹਾਂਜੀ। ਕੀਨਾ ਜੂਲਰ ਤੇ? ਹਾਂਜੀ। ਕਿੰਨੇ ਦਾ ਖਰਚਣਾ ਸੋਨਾ ਤੁਸੀਂ? ਪਤਾ ਨਹੀਂ, ਅਜੇ ਤਾਂ ਦੇਖਣਾ ਵਾ, ਜਾ ਕੇ ਦੇਖਾਂਗੇ ਫਿਰ ਪਤਾ। ਅਜੇ ਤਾਂ ਦੇਖਣਾ ਵਾ, ਜਾ ਕੇ ਫਿਰ ਪਤਾ ਲੱਗੂਗਾ। ਚਲੋ ਦੇਖ ਕੇ ਆਉਣਾ ਜੀ, ਦੇਖ ਕੇ ਆਉਣਾ। ਓਕੇ ਜੀ, ਤੁਸੀਂ ਇੱਥੇ ਕਦੋਂ ਬੈਠੇ ਜੀ? ਹਾਂਜੀ, ਨੰਬਰ ਦੀ ਵੇਟ ਕਰਦੇ ਹਾਂ ਜੀ। ਇਹ ਨੰਬਰ ਕੀ ਹੁੰਦਾ ਹੈ? ਸਾਨੂੰ ਨੰਬਰ ਦਿੱਤਾ ਜੀ ਇਹਨਾਂ ਨੇ, ਵੀ ਤੁਹਾਡਾ 51 ਨੰਬਰ ਆ, ਜਦੋਂ ਨੰਬਰ ਆਉ ਤਾਂ ਅੰਦਰ ਜਾਵਾਂਗੇ। ਉਦੋਂ ਨਹੀਂ ਜਾ ਸਕਦੇ? ਹਾਂ ਜੀ, ਬਿਲਕੁਲ ਨਹੀਂ ਜਾਣੇ ਦਿੰਦੇ। ਪੰਜਾਬ ਪੁਲਿਸ ਦਾ ਕੀ ਫਾਇਦਾ ਹੋਇਆ ਜੀ? ਤੁਸੀਂ ਆ ਕੇ ਦਿਖਾਓ ਫਿਰ। ਤੁਸੀਂ ਮੈਨੂੰ $10,000 ਦਿਓ, ਮੈਂ ਸਾਰਿਆਂ ਨੂੰ ਅੰਦਰ ਲੈਣਾ ਬਿਨਾਂ ਨੰਬਰ ਤੋਂ। ਹਾਂਜੀ, ਲਓ ਜੀ। ਹਾਂਜੀ, ਚਲ ਮੈਂ ਪਹਿਲਾਂ ਆਪ ਜਾਇਆ ਵਾਂ। ਆ ਜਾਇਓ। ਹਾਂ ਠੀਕ ਹੈ ਜੀ, ਜਾ ਕੇ ਆਇਆ। ਓਕੇ ਸਰ, ਹੈਲੋ ਸਰ, ਆਈ ਵਾਂਟ ਟੂ ਗੋ ਇਨ ਸਾਈਟ। ਓਕੇ, ਦਿਸ ਇਜ਼ ਦਾ ਬਿੱਕਰ ਬੈਸ਼ ਐਂਡ ਦਾ। ਓਕੇ, ਸੋ ਵਾਂਟ ਗੋਲਡ ਬਾਏ। Okay. So I can go. You're going to have to get your number together. Number? I don't have number. You're going to have to get your number. Number? This is my belt number. Okay. Any chalna? Okay. Can I go? But that doesn't mean anything to me. We have to go by the rules, which means you have to go by the numbers. Okay. Nice. Very nice. You are very nice. Thank you. Not a problem. ਨਹਿਰ ਚ ਨਹਾਉਂਦੇ ਬਈਏ ਨੂੰ ਵੀ ਕਹੂਗੀ ਆਵਾਜ਼ ਮਾਰ ਕੇ, ਬਈਆ ਬਾਹਰ ਕੱਪੜੇ ਡਾਲ ਲਓ, ਹਮਨੇ ਤੁਹਾਡੀ ਤਲਾਸ਼ੀ ਲੈਣੀ ਹੈ। ਚੀਨਾ ਜੁਲਰ ਇਹੀ ਇੰਦਰਜੀਤ ਸਿੰਘ, ਉਹ ਬੰਦਾ ਚੰਗਾ ਜੀ, ਮੈਂ ਪਜਾਣਦੇ ਪੁਰਾਣੇ। ਹਾਂ ਹਾਂ, ਨਹੀਂ ਸਾਨੂੰ ਨਹੀਂ ਪਤਾ। ਨਹੀਂ, ਇੰਡੀਆ ਤੋਂ ਨਾ ਇੱਕ ਵਾਰੀ ਉਹ ਕਾਰ ਲੈ ਕੇ ਲੰਘੇ ਸੀ ਮੇਰੇ ਮੋਰ ਦੀ, ਮੇਰੀ ਡਿਊਟੀ। ਹਾਂਜੀ ਹਾਂ, ਚਲੋ ਥੈਂਕ ਯੂ ਵੈਰੀ ਮੱਚ। ਬੋਲੇ ਬੋਲੇ ਬੋਲੇ, ਵੀ ਰੌਣਕਾਂ ਲੱਗੀਆਂ ਪਈਆਂ। ਉਹ ਹਾਂਜੀ, ਇੰਦਰਜੀਤ ਸਿੰਘ ਚੀਨਾ ਜੀ ਕੌਣ ਨੇ? ਅੱਛਾ ਅੱਛਾ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਹਾਰਾਜ, ਤੁਸੀਂ ਕੀ ਗੱਲ, ਪਿੱਛੇ ਪਿੱਛੇ ਕੋ ਹੋਈ ਜਾਂਦੇ ਹੋ? ਨਹੀਂ, ਤੁਸੀਂ ਆਇਆ ਸੀ ਪੰਜਾਬ ਪੁਲਿਸ ਇੱਧਰ ਕਿੱਧਰ? 916 ਏਰੀਆ ਕੋਡ 'ਚ ਦੇਖੋ ਜੀ, 916 ਏਰੀਆ ਕੋਡ 'ਚ ਇੱਦਾਂ ਵਾ ਵੀ ਹੁਣ 916 ਏਰੀਆ ਕੋਡ ਵਾਲੇ ਤਾਂ ਇੰਡੀਆ ਜਾਂਦੇ ਨਹੀਂ, ਅਤੇ ਪੰਜਾਬ ਪੁਲਿਸ ਨੇ ਬੱਚੇ ਪਾਲਣੇ ਤਾਂ ਆਉਣਾ ਪਿਆ ਜੀ। ਨਹੀਂ, 916 ਜੀ ਪੂਰੇ 91 ਤਾਂ ਲੱਗਦਾ ਹੀ ਹੈ ਨਾ? 91 ਲੱਗਦਾ ਇੰਡੀਆ ਦੇ ਵਿੱਚ। ਹਾਂਜੀ, ਅਤੇ ਆ ਬੜਾ ਵਧੀਆ ਰੌਣਕ ਇੱਥੇ ਹੈਗੀ ਲੱਗੀ ਜੀ ਚੀਨਾ ਜੂਲਰ 'ਤੇ। ਕੀ ਆ, ਸੋਨਾ ਹੀ ਮਿਲਣਾ ਜੀ ਇੱਥੋਂ? ਆ ਸੋਨਾ ਹੀ ਸੋਨਾ ਲੱਗਦਾ, ਚਾਰ ਸਵੇਰੇ ਚਾਰੇ ਪਾਸੇ ਸੋਨਾ, ਅਤੇ ਜਿਵੇਂ ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਦੀ ਸੇਲ ਆ ਜਿਹੜੀ ਅੱਜ ਉਹ ਉਹਨਾਂ ਨੇ ਲਾਈ ਹੈ, ਅੱਜ ਸਸਤਾ ਲਾਇਆ, ਅੱਜ ਸੋਨਾ ਇੱਕ ਬਲੈਕ ਫਰਾਈਡੇ ਤੇ ਇੱਕ ਸੋਨਾ ਤੇ ਉੱਤੋਂ ਸਸਤਾ। ਵਾਹ ਜੀ ਵਾਹ, ਮੈਂ ਮਿਲਣਾ ਜੀ ਵਿੱਚ ਇਹਨਾਂ। ਹਾਂਜੀ, ਮਿਲ ਲਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੱਥ ਮਿਲਾਓ ਤਾਂ ਜੀ, ਜਿਹੜਾ ਹੱਥ, ਮੈਂ ਕਿਹਾ ਤੁਹਾਡਾ ਨਾ ਹੱਥ ਮਿਲਾ ਕੇ ਹੀ ਦੇਖੋ ਦੇਖੋ ਜੀ। ਹਾਂਜੀ ਹਾਂਜੀ, ਦੇਖੋ ਮਹਾਰਾਜ। ਵਾਹ ਜੀ ਵਾਹ, ਲਿਖਿਆ ਕੀ ਹੈ ਜੀ ਇੱਥੇ? ਲਿਖੋ ਜੀ, ਚੀਨਾ ਹੀ ਲਿਖਿਆ। ਚੀਨਾ ਲਿਖਿਆ, ਬਹੁਤ ਵਧੀਆ। ਇਹ ਕਿੰਨੇ ਕੁ ਰੁਪਈਆਂ ਦੀ ਖੇਡ ਹੈ ਇਹ? ਇਹ ਤਾਂ ਕੋਈ ਗੱਲ ਨਹੀਂ, ਖੇਡ ਨਹੀਂ ਹੈਗੀ। ਅੱਛਾ, ਇਹ ਅੱਜ ਤੁਸੀਂ ਬੜਾ ਹਰ ਸਾਲ ਕਰਦੇ ਹੋ, ਥੈਂਕਸਗਿਵਿੰਗ ਤੇ ਫਰਾਈਡੇ ਤੇ ਸੇਲ ਲਾਉਣੇ, ਬਲੈਕ ਫਰਾਈਡੇ ਤੇ। ਹਾਂਜੀ ਹਾਂਜੀ, ਤੇ ਇਹ ਕਿੱਦਾਂ ਆਈਡੀਆ ਆਇਆ ਦਿਮਾਗ ਤੁਹਾਡੇ ਸ਼ੁਰੂ ਤੋਂ? ਇਹ ਜੀ ਅਮਰੀਕਾ ਤੋਂ ਸਿੱਖੇ ਜੀ। ਅੱਛਾ ਜੀ, ਹਾਂਜੀ। ਤੇ ਅੱਜ ਮੈਂ ਕਹਿੰਦਾ ਜੀ ਪੂਰਾ ਮੇਲਾ ਲੱਗਾ, ਮੈਨੂੰ ਤਾਂ ਕਿਸੇ ਨੇ ਫੋਨ ਕੀਤਾ। ਅੱਛਾ, ਕਹਿੰਦੇ ਜੀ ਲੋਕੀ ਬੜੇ ਇਕੱਠੇ ਹੋਏ, ਪਤਾ ਨਹੀਂ ਉੱਥੇ ਕੀ ਹੋ ਗਿਆ। ਆ ਕੇ ਪਤਾ ਲੱਗਾ ਵੀ ਇੱਥੇ ਤਾਂ ਬੜੇ ਪੂਰੀਆਂ ਪਾਰੀਆਂ ਲੱਗਿਆ ਪਿਆ ਜੀ, ਪੂਰਾ ਮੇਲਾ ਸਭ ਚੱਲੇ। ਤੁਸੀਂ ਖਾ ਪੀ ਲਿਆ?
ਨਹੀਂ ਜੀ ਅਸੀਂ ਟੂ ਗੋ ਹੀ ਕਰ ਲਾਂਗੇ। ਟੂ ਗੋ ਕਰ ਲਓ। ਹਾਂਜੀ ਹਾਂਜੀ। ਅੱਛਾ ਕੀ ਅੱਜ ਖਾਸ ਹੈਗਾ ਤੁਹਾਡਾ ਇੱਥੇ? ਅੱਜ ਜੀ ਸਾਰੀ ਜੁਐਲਰੀ ਆਪਣੀ ਇੰਡੀਆ ਨਾਲੋਂ ਸਸਤੇ ਪ੍ਰਾਈਸ 'ਤੇ ਲੱਗੀ ਹੋਈ ਹੈ। ਅੱਛਾ ਜੀ। ਇੰਡੀਆ ਨਾਲੋਂ ਸਸਤੀ ਸਾਰੀ 22 ਕੈਰੇਟ ਗੋਲਡ ਦੀ, ਅਤੇ ਜਿੰਨੀ ਡਾਇਮੰਡ ਜੁਐਲਰੀ ਆ ਉਹ ਆਪਾਂ 50-70% ਔਫ ਦਿੰਦੇ ਹਾਂ। ਅੱਛਾ। ਅਤੇ ਜਿਹੜੇ ਪਹਿਲੇ 50 ਕਸਟਮਰਾਂ ਨੂੰ ਆਪਾਂ 5 ਡਾਇਮੰਡ ਰਿੰਗਾਂ ਕੱਢਾਂਗੇ, ਅਤੇ 10 ਸੋਨੇ ਦੀਆਂ ਚੇਨਾਂ ਫ੍ਰੀ ਆ। ਵਾਹ ਜੀ ਵਾਹ। ਜਿੰਨੇ ਬਾਕੀ ਰਹਿ ਗਏ 35 ਉਹਨਾਂ ਨੂੰ ਵੀ ਚਾਂਦੀ ਦੇ ਕੜੇ ਵਗੈਰਾ। ਮੈਂ ਤਾਂ ਤੁਹਾਡੇ ਚਲਾਨ ਕਰਨਾ ਬਣਦਾ, ਤੁਹਾਡੀ ਗੱਡੀ ਬਾਰ ਬਾਰ ਗਲਤ ਪਾਰਕ। ਗੱਡੀ ਜੀ ਆਪਾਂ ਦੇ ਦੇਣੀ ਆ ਤੁਹਾਡੀ ਹੀ ਆ, ਭਾਗਾਂ ਵਾਲੀ ਦੀ ਕਿਸੇ ਦੀ ਹੈਗੀ ਆ? ਅੱਛਾ ਅੱਛਾ। ਮੈਂ ਕਿਹਾ ਕਿ ਪਾਰਕ ਗਲਤ ਕੀਤੀ ਹੈ? ਨਹੀਂ ਪਾਰਕ ਨਹੀਂ, ਬਸ ਜਿਹੜਾ ਬੰਦਾ 3000 ਦਾ ਸੋਨਾ ਲੈਂਦਾ ਉਹਦਾ ਕੂਪਨ ਪੈਣਾ ਗੱਡੀ ਦਾ, ਜਾਂ ਡਾਇਮੰਡ ਦਾ ਕੁਝ ਵੀ ਲੈ ਲਈ ਉਹਦਾ ਕੂਪਨ ਪੈਣਾ। ਗੱਡੀ ਦਾ ਕੂਪਨ ਪੈਣਾ? ਹਾਂਜੀ। ਡਿਪਾਰਟਮੈਂਟ ਦਾ ਥੋੜਾ ਧਿਆਨ ਰੱਖਿਓ ਜੀ। ਮੈਂ ਕਿਹਾ ਪੂਰਾ ਜੀ, ਥੈਂਕ ਯੂ ਵੈਰੀ ਮਚ। ਠੀਕ ਹੈ ਜੀ। ਜਿਹੜੇ ਆਪਣਾ ਸੋਨਾ ਲੈ ਰਹੇ ਨੇ ਸਾਡੇ ਕੋਲ, ਉਹਨਾਂ ਨੂੰ ਅਸੀਂ ਦਿੱਤਾ ਕੂਪਨ। ਲਾਈਵ ਟੈਲੀਕਾਸਟ ਹੋਏਗਾ, ਉਹਦੇ ਚ ਲਾਈਵ ਜਿਹਦਾ ਨੰਬਰ ਨਿਕਲੇਗਾ ਉਹਨੂੰ ਗੱਡੀ ਮਿਲੇਗੀ। ਹੁਣੇ ਕੱਢ ਕੇ ਪਾਸੇ ਕਰੋ, ਹੁਣ ਮੈਂ ਆਇਆ ਹੋਇਆ ਜੀ। ਹੁਣ ਕੱਲ ਇੱਥੇ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਨੇ, ਕੱਲ ਨੂੰ ਫੇਰ ਰੌਣਕਾਂ ਲੱਗਣੀਆਂ ਨੇ। ਅੱਛਾ ਮੈਨੂੰ ਦੱਸੋ, ਜੇ ਸੁਣਦਾ ਤਾਂ ਨਹੀਂ ਕੋਈ, ਜੇ ਮੇਰੀ ਕੱਢਣੀ ਹੋਵੇ ਗੱਡੀ ਕਿੱਦਾਂ ਨਿਕਲ ਸਕਦੀ ਹੈ? ਤੇ ਤੁਸੀਂ ਭਾਜੀ ਸਵੇਰੇ 3 ਵਜੇ ਆ ਜਾਣਾ। ਅੱਛਾ। ਤੇ ਆਪਣਾ ਨਾਲ ਖੋਣਾ ਕੂਪਨ ਮਿਲਣਾ ਭਾਜੀ। ਪੁਲਿਸ ਵਾਲੇ ਕਿੱਥੇ ਨਾਲ ਖਾਉਂਦੇ ਫਿਰ ਤੇ ਭਾਜੀ? ਅੱਛਾ ਮੇਰੀ ਗੱਲ ਸੁਣੋ, ਰਿਸ਼ਵਤ ਲੈਂਦੇ ਹੋ ਕੋਈ? ਛੱਡਤੀ ਲੈਣੀ? ਨਹੀਂ, ਰਿਸ਼ਵਤ ਤੁਸੀਂ ਦੇ ਕੇ ਦੇਖ ਲਓ, ਜੇ ਤਾਂ ਲੈ ਲਈ ਤਾਂ ਮਤਲਬ ਲੈਂਦੇ ਆ। ਅੱਛਾ। ਜੇ ਨਹੀਂ ਲਈਏ ਤਾਂ ਮਤਲਬ ਨਹੀਂ ਲਈ। ਅੱਛਾ, ਤੁਸੀਂ ਸਾਡੇ ਕੋਲ ਵੀ ਲਾਓ? ਦੇਖ ਕੇ ਦੇਖੋ। ਦੇਖੋ ਭਾਜੀ, ਹੁਣ ਇਹ ਤਾਂ ਦੇਖੋ, ਹੁਣ ਤਾਂ ਕਹਿੰਦੇ ਪੰਜਾਬ ਪੁਲਿਸ ਹੁਣ ਕਹਿੰਦੇ ਸੁਧਰ ਬੜੀ ਗਈ ਹੈ। ਨਹੀਂ ਨਹੀਂ, ਪੰਜਾਬ ਪੁਲਿਸ ਹੁਣ ਮੈਂ ਸੁਧਰਿਆ ਹੋਇਆ, ਪੰਜਾਬ ਪੁਲਿਸ ਸੁਧਰੀ। ਮੈਂ ਕਿਸੇ ਕੋ ਮੰਗਦਾ ਨਹੀਂ। ਅੱਛਾ, ਦੇ ਦੇ ਪਾ ਦੇ ਜੇਬ 'ਚ। ਨਾ ਨਾ ਨਹੀਂ ਕਰਦਾ ਫਿਰ, ਨਾ ਨਹੀਂ ਕਰਦਾ। ਚਲੋ ਠੀਕ ਹੈ ਜੀ, ਗੱਡੀ ਬਹੁਤ ਸੋਹਣੀ ਤੁਹਾਡੀ। ਓਕੇ ਜੀ, ਵਾਹ। ਲਓ ਜੀ, ਗੱਡੀ ਇੱਧਰ ਲਾਈ ਹੋਈ ਹੈ, ਇਹ ਸਮਝ ਨਹੀਂ ਆਉਂਦੀ ਗੱਡੀ ਗਲਤ ਸਹੀ ਹੈ। ਇੱਧਰ ਇਹ ਕੰਪਿਊਟਰ ਵਗੈਰਾ ਇੰਨੇ ਪਏ ਆ, ਮੇਰੀ ਸਮਝ ਤੋਂ ਬਾਹਰ ਆ ਜੀ। ਮੈਂ ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਜੀ ਵੀ ਆਹ ਤੁਸੀਂ ਰੱਖਿਆ ਹੋਇਆ ਜਿਹੜਾ ਸਮਾਨ ਸਾਰਾ, ਇਹ ਕੰਪਿਊਟਰ ਵਗੈਰਾ ਕਾਹਦੇ ਆ ਇਹ? ਜਿਹੜੀਆਂ ਸੋਨਾ ਖਰੀਦੀ ਜ਼ਿਆਦਾ, ਮੈਨੂੰ ਗਵਰਨਮੈਂਟ ਨੇ ਭੇਜਿਆ ਵੀ ਉਹਨਾਂ ਦੇ ਸੋਨੇ ਦਾ ਧਿਆਨ ਰੱਖਣਾ। ਸੋਨਾ ਮਤਲਬ ਮੈਂ ਪੁਲਿਸ ਨੇ ਧਿਆਨ ਰੱਖਣਾ ਸੋਨੇ ਦਾ। ਹਾਂਜੀ ਹਾਂਜੀ। ਤੇ ਤੁਹਾਡੀ ਇੱਕ ਪ੍ਰੀਤ ਕਰਦੀ ਹੁੰਦੀ ਹੈ ਐਂਕਰਿੰਗ, ਉਹ ਕਿੱਥੇ? ਮੈਂ ਮਿਲ ਸਕਦਾ ਉਹਨੂੰ? ਪ੍ਰੀਤ ਜੀ ਆ ਤੁਹਾਡੇ ਸਾਹਮਣੇ ਖੜੀ ਆ। ਤੁਸੀਂ ਹੋ? ਵੈਰੀ ਨਾਈਸ ਟੂ ਮੀਟ ਯੂ ਜੀ। ਥੈਂਕ ਯੂ। ਹਾਂਜੀ, ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਤੁਸੀਂ ਕੰਮ ਕਰਦੇ ਹੋ ਸਾਰੇ। ਤੇ ਸੁਖਦੇਵ ਸਿੰਘ ਢਿੱਲੋਂ ਸਾਹਿਬ ਜਿਹੜੇ ਆ ਉਹ ਕਿੱਥੇ ਮਿਲਣਗੇ? ਉਹ ਸੁਖਦੇਵ ਸਿੰਘ ਢਿੱਲੋਂ ਜੀ, ਜਿਵੇਂ ਤੁਸੀਂ ਆਪਣੇ ਮਹਿਕਮੇ ਦੇ ਬਾਦਸ਼ਾਹ ਹੋ, ਸੁਖਦੇਵ ਸਿੰਘ ਢਿੱਲੋਂ ਰੇਡੀਓ ਪੰਜਾਬ ਦੇ ਬਾਦਸ਼ਾਹ ਨੇ ਜੀ। ਉਹ ਤਾਂ ਹੈਗੇ ਹੀ ਹੈਗੇ ਜੀ। ਚਲੋ, ਬਸ ਉਹਨਾਂ ਦੀ ਆਵਾਜ਼ ਤੁਹਾਨੂੰ ਘੱਟ ਸੁਣਨ ਨੂੰ ਮਿਲਦੀ ਹੈ, ਪਰ ਉਹਨਾਂ ਤੋਂ ਬਗੈਰ ਇਹ ਗੇਮ ਚੱਲਦੀ ਨਹੀਂ। ਬਸ ਜੀ, ਬਸ ਉਹ ਗੇਮ ਬੜੀ ਚਲਾਉਂਦੇ ਉਹ ਸਾਰੇ, ਕੈਨੇਡਾ ਅਮਰੀਕਾ ਗੇਮ ਚਲਾਈ ਹੋਈ ਉਹਨੇ ਪੂਰੀ। ਬਿਲਕੁਲ ਜੀ, ਬਿਲਕੁਲ। ਬਾਕੀ ਤੁਸੀਂ ਆ ਗੱਡੀ ਬਾਰੇ ਸ਼ਿਕਾਇਤ ਕਰ ਰਹੇ ਸੀ ਵੀ ਵਿੱਚ ਵਿਚਾਲੇ ਗੱਡੀ ਖੜੀ ਕੀਤੀ ਹੈ, ਵਿੱਚ ਵਿਚਾਲੇ ਨਹੀਂ, ਇਹ ਤਾਂ ਗੱਡੀ ਦਾ ਨਾਮ ਆ ਜੀ, ਇੱਥੇ ਦਾ ਸ਼ੀਨਾ ਜੁਐਲਰ ਸਾਰਿਆਂ ਦਾ ਵੱਡਾ, ਸਭ ਤੋਂ ਵੱਡਾ ਨਾਮ ਆ ਜੀ ਅੱਜ। ਮੈਨੂੰ ਪਤਾ ਲੱਗਿਆ ਸੀ, ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਹੁਣੇ ਕੱਢ ਕੇ ਪਾਸੇ ਕਰੋ, ਹੁਣ ਮੈਂ ਆਇਆ ਹੋਇਆ, ਮੈਂ ਲੈ ਜਾਂਦਾ ਗੱਡੀ ਨਾਲ, ਮੈਂ ਚਲਾ ਵੀ ਲੈਂਦਾ। ਇਹ ਤਾਂ ਨਵੀਂ ਗੱਡੀ ਆ, ਇਹ ਤਾਂ ਕਿਸੇ ਪੂਰਾ ਧਿਆਨ ਰੱਖੂਗਾ ਜੀ ਤੁਹਾਡਾ। ਬੱਲੇ ਬੱਲੇ ਬੱਲੇ, ਵੀ ਇੱਧਰ ਪੂਰੀਆਂ ਭਟੂਰੇ ਕੰਮ ਚੱਲ ਰਿਹਾ ਪੂਰਾ, ਐਨ ਆਹਾ, ਗਰਮ ਗਰਮ ਤੇਲ ਦੇ ਵਿੱਚ ਗਰਮ ਗਰਮ ਭਟੂਰਾ। ਭਟੂਰਾ ਜੀ ਕਿ ਇਹ? ਭਟੂਰਾ, ਭਟੂਰਾ ਜੀ, ਭਟੂਰਾ ਜੀ ਹੈ ਜੀ। ਨਹੀਂ ਭਟੂਰਾ ਜੀ, ਇਹਨਾਂ ਦਾ ਨਾਂ ਭਟੂਰਾ ਜੀ ਹੈ? ਕੱਲਾ ਭਟੂਰਾ ਕਿਹਾ? ਕੱਲਾ ਭਟੂਰਾ। ਅੱਛਾ, ਭਟੂਰ ਜੀ ਵੈਸੇ ਕਿਹਾ ਜੀ? ਤਾਂ ਫਿਰ ਮੈਂ ਕਿਹਾ ਬੰਦੇ ਖਾਣਾ ਵੀ ਹੈ ਨਾ? ਨਹੀਂ ਮੈਂ ਕਿਹਾ ਫਿਰ ਰਿਸਪੈਕਟ ਦਿੱਤੀ ਹੈ। ਹਾਂ ਜੀ, ਹਾਂ ਜੀ। ਅਸੀਂ ਤੁਹਾਡਾ ਕੀ ਨਾਮ ਹੈਗਾ? ਅਵਤਾਰ ਸਿੰਘ। ਅੱਛਾ, ਕਿਹੜਾ ਏਰੀਆ ਉਧਰੋਂ? ਫਗਵਾੜਾ ਜੀ। ਅੱਛਾ ਜੀ, ਤੇ ਇਹ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਪੂਰੀਆਂ ਵਗੈਰਾ ਕਰਦੇ? ਜਿੱਦਾਂ ਹੋ ਗਏ ਕੋਈ 20 ਸਾਲ ਹੋ ਗਏ। ਅੱਛਾ ਜੀ, ਕਿੰਨੀ ਕੁ ਦੂਰ ਤੱਕ ਕਰਦੇ ਨੇ ਕੈਟਰਿੰਗ ਤੁਸੀਂ? ਆਪਣੇ ਵਿਕਸ ਸਵੀਟ। ਅੱਛਾ। ਆਪਣੇ ਦਿਨੋ ਰੇਡਿੰਗ ਤੇ ਸਨੋਜੇ ਦੇ ਸਾਰੇ ਏਰੀਏ ਚ। ਅੱਛਾ, ਆਜੋ ਬਾਜੀ, ਤੁਸੀਂ ਆਜੋ ਕੋਈ। ਹਾਂਜੀ, ਤੁਹਾਡਾ ਕੀ ਨਾਮ? ਮੇਰਾ ਨਾਮ ਕ੍ਰਿਸ਼ਨ। ਵਾਹ ਜੀ ਵਾਹ ਕ੍ਰਿਸ਼ਨ ਜੀ, ਕਿਆ ਬਾਤ ਹੈ। ਹਾਂਜੀ, ਬਿਲਕੁਲ ਅਮਤਾਬ ਸਟਾਈਲ ਰੱਖੀ ਤੁਸੀਂ, ਦਾੜੀ ਐਨ ਫਰੈਸ਼ ਕੱਟ ਪੂਰੀ ਵਧੀਆ। ਹਾਂਜੀ, ਤੁਹਾਡਾ ਕਿਹੜਾ ਏਰੀਆ? ਮੇਰਾ ਭਾਜੀ ਨਵਾਂ ਸ਼ਹਿਰ। ਅੱਛਾ। ਹਾਂਜੀ, ਤੇ ਅੱਜ ਫਿਰ ਇੱਥੇ ਸਵੇਰ ਦੇ ਚੱਲ ਰਿਹਾ ਜੀ? ਹਾਂਜੀ, ਸਵੇਰ ਤੋਂ ਕੰਮ ਚੱਲ ਰਿਹਾ ਭਾਜੀ।
ਚਲੋ ਜੀ ਕਰੋ ਕਰੋ ਫਿਰ ਗਰਮ ਗਰਮ ਮੈਂ ਆਉਣਾ ਮੁੜ ਕੇ ਠੀਕ ਹੈ ਜੀ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੱਗੀ ਬਾਈ ਕੀ ਹਾਲ ਚਾਲ ਵਧੀਆ ਜੀ ਵਧੀਆ ਜੱਗੀ ਮੇਰਾ ਭਰਾ ਜੀ ਮੈਂ ਬਿਕਰ ਅੱਛਾ ਬਿਕਰ ਭਾਜੀ ਹਾਂਜੀ ਤੁਹਾਡੇ ਵਰਗਾ ਬੰਦਾ ਕਿ ਜਮਾ ਨਿਊਯਾਰਕ ਦੇਖਿਆ ਸੀ ਮੈਂ ਪਹਿਲਾਂ ਹਾਂਜੀ ਹਾਂਜੀ ਮੈਂ ਹੀ ਹੁੰਦਾ ਸੀ ਉੱਥੇ ਅੱਛਾ ਤੁਸੀਂ ਨਿਊਯਾਰਕ ਸੀ ਤੁਹਾਡੇ ਬ੍ਰਦਰ ਨੇ ਮਿਲਦਾ ਸੀ ਮੈਂ ਜੀ ਓਕੇ ਜੱਗੀ ਭਾਈ ਹਾਂ 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 ਉਹਨੂੰ ਠੀਕ ਹੈ ਉੱਥੇ ਮੈਂ ਦੇਖਿਆ ਠੀਕ ਬਿਲਕੁਲ 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 ਹਾਂ ਤੁਸੀਂ ਇੱਕ ਵਾਰੀ ਮੈਨੂੰ ਵੀ ਤੁਸੀਂ $50 ਦਾ ਵਾਅਦਾ ਕਿਤੇ ਮੁੜ ਕੇ ਦਿੱਤੇ ਨਹੀਂ ਸੀ ਨਹੀਂ ਮੈਂ ਤੁਹਾਨੂੰ ਦਿੱਤੇ ਸੀਗੇ ਤੁਸੀਂ ਕਹਿੰਦੇ ਮੈਂ ਵਾਪਸ ਕਰ ਦੂੰਗਾ ਇੰਟਰਸਟ ਨਾ ਪਰ ਵਾਪਸ ਆਏ ਨਹੀਂ ਅੱਛਾ ਕੀ ਨਾਮ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਜੀ ਹਰਵਿੰਦਰ ਜੀ ਇੱਥੇ ਕਿੰਨੀ ਦੇਰ ਹੋ ਗਈ ਮੈਨੂੰ ਇੱਥੇ 3 ਸਾਲ ਹੋ ਗਏ ਅੱਛਾ ਤੇ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਸਰੋਜ ਸ਼ਰਮਾ ਜੀ ਅੱਛਾ ਜੀ ਸਰੋਜ ਜੀ ਇਹ ਪੁਲਿਸ ਵਾਲ ਨੂੰ ਮਾਮਾ ਕਿਉਂ ਕਹਿੰਦੇ ਲੋਕੀ ਪੰਜਾਬ ਦੇ ਭੈਣਾਂ ਲਾਈਕ ਕਰਦੀਆਂ ਨਾ ਭਰਾਵਾਂ ਨੂੰ ਤਾਂ ਕਰਕੇ ਅੱਛਾ ਹਾਂ ਮਤਲਬ ਪਿਆਰ ਜ਼ਿਆਦਾ ਹੁੰਦਾ ਪਿਆਰ ਜ਼ਿਆਦਾ ਹੁੰਦਾ ਨਾ ਤਾਂ ਹੀ ਪਰ ਪੁਲਿਸ ਵਾਲੇ ਗੁੱਸਾ ਕਰ ਜਾਂਦੇ ਜੀ ਗੁੱਸਾ ਕਰ ਜਾਂਦੇ ਕਰ ਜਾਂਦੇ ਪਤਾ ਨਹੀਂ ਕਿਉਂ ਕਰਨਾ ਨਹੀਂ ਚਾਹੀਦਾ ਵੈਸੇ ਤੇ ਅੱਜ ਫੇਰ ਸੋਨਾ ਸੁਣਾ ਤੁਹਾਨੂੰ ਇੰਨੀ ਰਿਸਪੈਕਟ ਦੇ ਰਿਹਾ ਤੁਹਾਨੂੰ ਗੁੱਸਾ ਨਹੀਂ ਮੈਨੂੰ ਤਾਂ ਕਰ ਮੈਂ ਤਾਂ ਖੈਰ ਜੀ ਚਲੋ ਪਿਆਰ ਹੈ ਲੋਕਾਂ ਦਾ ਬਹੁਤ ਵਧੀਆ ਤੇ ਤੁਸੀਂ ਮਤਲਬ ਖਰੀਦਿਆ ਸੋਨਾ ਸੁਣਾ ਹਾਂਜੀ ਹਾਂਜੀ ਖਰੀਦਿਆ ਵਧੀਆ ਜੀ ਹਾਂਜੀ ਸਸਤਾ ਕਾਫੀ ਫਰਕ ਪੈ ਜਾਂਦਾ ਹਾਂਜੀ ਸਸਤਾ ਵੀ ਹੈਗਾ ਥੋੜਾ ਸੋਨੇ ਡੀਲ ਮਿਲ ਜਾਂਦੀ ਹੈ ਤਾਂ ਚਲੋ ਪਰਿਵਾਰ ਦੇ ਵਿੱਚ ਚਾਹੀਦਾ ਹੁੰਦਾ ਆਪਾਂ ਹਾਂ ਅੱਜ ਦੇ ਦਿਨ ਮਿਲ ਜਾਂਦੀ ਡੀਲ ਵਧੀਆ ਠੀਕ ਹੈ ਜੀ ਚਲੋ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੁਸੀਂ ਬਾਹਰ ਖੜੇ ਸੋਨੇ ਸੋਨੇ ਦੇ ਹਾਂਜੀ ਮੈਂ ਪਹਿਲੀ ਵਾਰ ਆਈ ਹਾਂ ਅੱਛਾ ਕਿਹੜੀ ਜਗ੍ਹਾ ਤੋਂ ਆਏ ਇੱਥੇ ਲੱਗੇ ਰਹਿੰਦੇ ਹਾਂ ਅਸੀਂ ਕਲਵਾਈਨ ਤੇ ਅੱਛਾ ਜੀ ਹਾਂਜੀ ਤੇ ਪਹਿਲੀ ਵਾਰ ਆਈ ਹਾਂ ਪਰ ਮੈਂ ਪਹਿਲੀ ਵਾਰ ਦੇਖਿਆ ਇਹੋ ਰਸ਼ ਇੰਨਾ ਜ਼ਿਆਦਾ ਹਾਂਜੀ ਮੈਂ ਵੀ ਹੈਰਾਨ ਹਾਂ ਜੀ ਇਹ ਤੋਂ ਪਤਾ ਲੱਗਦਾ ਜੀ ਵੀ ਲੇਡੀਜ਼ ਨੂੰ ਸੋਨੇ ਨਾਲ ਕਿੰਨਾ ਪਿਆਰ ਹੈ ਇਹ ਬਹੁਤ ਜ਼ਿਆਦਾ ਵਾ ਅੱਛਾ ਜੀ ਹਾਂਜੀ ਜਿੱਦਾਂ ਜੀ ਕਰਦਾ ਵੀ ਉਹਨਾਂ ਹੱਥਾਂ 'ਚ ਜ਼ਿਆਦਾ ਜ਼ਿਆਦਾ ਪਾ ਕੇ ਤੁਰੀਏ ਫਿਰੀਏ ਬਹੁਤ ਜ਼ਿਆਦਾ ਚਾਰ ਬਹੁਤ ਮੈਂ ਤਾਂ ਜੀ ਦੇਖੋ ਅੰਦਰ ਤੋਂ ਕਿੰਨਾ ਕਿੰਨਾ ਤੁਸੀਂ ਕਿੰਨਾ ਕੁ ਫੇਰ ਬਜਟ ਰੱਖਿਆ ਅੱਜ ਇਹ ਹਾਂਜੀ ਹੈਗਾ 7-8 ਹਜ਼ਾਰ ਦਾ ਵਾਹ ਜੀ ਵਾਹ ਹਾਂਜੀ ਮਤਲਬ ਵਧੀਆ ਆਇਆ ਨੂੰ ਕਰਤਾ ਹੈ ਪੂਰਾ 7-8 ਹਜ਼ਾਰ ਕਾਫੀ ਹੁੰਦਾ ਕ੍ਰੈਡਿਟ ਕਾਰਡ ਫਿਰ ਤੁਹਾਡਾ ਕਿ ਕੈਸ਼ ਲਿਆ ਨਹੀਂ ਨਹੀਂ ਕੈਸ਼ ਆ ਕੈਸ਼ ਹੀ ਹਾਂਜੀ ਕੈਸ਼ ਵੀ ਹੈਗਾ ਵਾ ਕ੍ਰੈਡਿਟ ਕਾਰਡ ਵੀ ਹੈਗਾ ਅੱਛਾ ਜੀ ਜਿਹੜਾ ਵੀ ਚੱਲੂਗਾ ਦੋਨੇ ਚੀਜ਼ਾਂ ਚਲਾਉਣੀਆਂ ਤਾਂ ਡਿਪੈਂਡ ਕਰਦਾ ਲੇਡੀਜ਼ ਦੇ ਪਸੰਦ ਆਉਣ ਦੀ ਹੁੰਦੀ ਆ ਜੇ ਚੀਜ਼ ਪਸੰਦ ਆ ਗਈ ਤਾਂ ਬਸ ਉਹਦੇ ਵਿੱਚ ਤਾਂ ਹਾਂਜੀ ਜਿਹੜੇ ਗਹਿਣੇ ਹੁੰਦੇ ਆ ਇਹ ਮਤਲਬ ਸੋਨੇ ਨਾਲ ਕਿਉਂ ਸੋਨੇ ਦਾ ਇੰਨਾ ਪਿਆਰ ਕਰਦੀਆਂ ਲੇਡੀਜ਼ ਕਿਉਂ ਮਤਲਬ ਸੋਨੇ ਦਾ ਕੀ ਹੋ ਜਾਂਦਾ ਜੀ ਸੋਨੇ ਨਾਲ ਲੇਡੀਜ਼ ਦੀ ਸੁੰਦਰਤਾ ਵਧਦੀ ਆ ਫਿਰ ਪਤਾ ਲੱਗਦਾ ਤੁਸੀਂ ਪਹਿਲਾਂ ਬਥੇਰੇ ਸੁੰਦਰ ਹੋ ਤੁਸੀਂ ਸੋਨਾ ਪਾ ਕੇ ਤਾਂ ਸੋਨੇ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੋ ਗਈ ਨਹੀਂ ਨਹੀਂ ਸੋਨਾ ਸੋਨਾ ਹੀ ਹੁੰਦਾ ਨਾ ਹੀ ਤਾਂ ਹੀ ਸੋਨਾ ਰੱਖਿਆ ਗਿਆ ਵਾ ਚੀਜ਼ ਹੀ ਇੰਨੀ ਸੋਹਣੀ ਹੁੰਦੀ ਆ ਉਹ ਇਸ ਕਰਕੇ ਉਹਦੇ ਵਿੱਚ ਪੈਸਾ ਨਹੀਂ ਦੇਖਿਆ ਜਾਂਦਾ ਸੋਨਾ ਬਹੁਤ ਜ਼ਰੂਰੀ ਹੈ ਪੰਜਾਬ ਤੋਂ ਕਿਹੜਾ ਏਰੀਆ ਜੀ ਪੰਜਾਬ ਦਾ ਕਪੂਰਥਲਾ ਏਰੀਆ ਅੱਛਾ ਜੀ ਹਾਂਜੀ ਵਾਹ ਜੀ ਵਾਹ ਵੈਸੇ ਬੜੀ ਰੌਣਕ ਲੱਗੀ ਆ ਜੀ ਹਾਂਜੀ ਬਹੁਤ ਜ਼ਿਆਦਾ ਚਲੋ ਸੋਨਾ ਤੁਸੀਂ 7-8 ਹਜ਼ਾਰ ਦਾ ਖਰੀਦਣਾ ਤਾਂ ਮੈਨੂੰ ਦੱਸ ਦਿਓ ਸਕਿਉਰਟੀ ਚਾਹੀਦੀ ਹੋਈ ਮੈਂ ਹਾਂਜੀ ਹਾਂਜੀ ਪੰਜਾਬ ਹਾਂਜੀ ਹਾਂਜੀ ਪੰਜਾਬ ਪੁਲਿਸ ਜ਼ਰੂਰੀ ਚਾਹੀਦੀ ਹੁੰਦੀ ਹੈ ਹਾਂਜੀ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਮਿਹਰਬਾਨੀ ਆ ਲਓ ਜੀ ਇੱਧਰ ਗਵਾਂਢੀਆਂ ਦੇ ਵੀ ਨਜ਼ਰ ਮਾਰ ਲਈਏ ਵੀ ਕੀ ਹੈਗਾ ਇੱਥੇ ਕੀ ਨਹੀਂ ਹੈਗਾ ਬੱਲੇ 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 ਇੰਡੀਅਨ ਗਰੋਸਰੀ ਸਮਾਨ ਲੱਗਦਾ ਵੀ ਸਾਰਾ ਇੱਥੇ ਤਾਂ ਬੰਦਾ ਕੋਈ ਨਹੀਂ ਦਿਖਦਾ ਸਮਾਨ ਸਾਰਾ ਹੀ ਪਿਆ ਇਹ ਮਤਲਬ ਇਹ ਹੈ ਵੀ ਲੈ ਜਾਓ ਆਹ ਲਓ ਜੀ ਬਿਸਕੁਟ ਖਾਈ ਜਾਂਦੇ ਹੋ ਤੁਸੀਂ ਖਾਓ ਜੀ ਖਾਓ ਐਸ਼ ਕਰੋ ਇਹ ਮੈਨੂੰ ਲੱਗਦਾ ਵੀ ਕਈ ਸਾਲਾਂ ਤੋਂ ਇੱਦਾਂ ਹੀ ਬਿਸਕੁਟ ਹੱਥ ਫੜਿਆ ਹੋਇਆ ਵਾਹ 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 ਲਓ ਜੀ ਸਾਰਾ ਇੰਡੀਅਨ ਆਇਆ ਗਰੋਸਰੀ ਪੂਰਾ ਸਮਾਨ ਜਿਹੜਾ ਇੰਡੀਅਨ ਪਿਆ ਇੱਥੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਮੈਂ ਇੱਧਰ ਤੁਹਾਡੇ ਗੁਆਂਢੀਆਂ ਦੇ ਆਇਆ ਸੀ ਮੈਂ ਕਿਹਾ ਚਲੋ ਇੱਥੇ ਵੀ ਗੇੜਾ ਮਾਰ ਲਈਏ ਅਤੇ ਕੀ ਆਪਣੇ ਇੱਥੇ ਪਹਿਲਾਂ ਨਾਂ ਦੱਸ ਦਿਓ ਹੈ ਤਾਂ ਬਹੁਤ ਕੁਛ ਹੈ ਜੀ ਨਾਮ ਦੱਸ ਦਿਓ ਜੀ ਨਾਮ ਬਹੁਤ ਕੁਛ ਨਾਮ ਤੁਹਾਡਾ ਕੀ ਹੈ ਬਲਵਿੰਦਰ ਬਲਵਿੰਦਰ ਜੀ ਵਾਹ ਬੜੇ ਪੂਰਾ ਐਨ ਜੰਕੀ ਸ਼ੰਕੀ ਬਣੇ ਪਿਆ ਕੰਮ ਪੂਰਾ ਮਾਡਲਿੰਗ ਮੂਡਲਿੰਗ ਕਰਦੇ ਹੋ ਫਿਰ ਗਾਣੇ ਗੁਣੇ ਬਸ ਇੱਥੇ ਕੰਮ ਹੀ ਕਰਦੇ ਜੀ ਇਹਦਾ ਕੰਮ ਅਤੇ ਇਹ ਕੀ ਹੈਗਾ ਸਟੋਰ ਦੇ ਵਿੱਚ ਸਾਰਾ ਕੁਛ ਸਮਾਨ ਇੰਡੀਅਨ ਸਾਰਾ ਇੰਡੀਅਨ ਸਮਾਨ ਹੈਗਾ ਜੀ ਤੁਹਾਡਾ ਕਿਹੜਾ ਏਰੀਆ ਪੰਜਾਬ ਤੋਂ ਨਵਾਂਸ਼ਹਿਰ ਜੀ ਅਤੇ ਪੰਜਾਬ 'ਚ ਕਦੇ ਪੁਲਿਸ ਵਾਲ ਨੂੰ ਮਾਮਾ ਕਹਿ ਕੇ ਭੱਜੇ ਨਹੀਂ ਨਹੀਂ ਕਿਹਾ ਹੈ ਨਾ ਹਾਂ ਹੁਣ ਤਾਂ ਵੈਸੇ ਤੁਸੀਂ ਮੈਂ ਤਾਂ ਹੀ ਅੱਜ ਆਇਆ ਸੀ ਮੈਂ ਕਿਹਾ ਵੀ ਲੋਕ ਭੁੱਲ ਗਏ ਪੰਜਾਬ ਪੁਲਿਸ ਨੂੰ ਯਾਦ ਕਰਾ ਦਾ ਮਿਸ ਕਰਦੇ ਹੋਣੇ ਪੰਜਾਬ ਪੁਲਿਸ ਦੀ ਵਰਦੀ ਨੂੰ ਸੋ ਮੈਂ ਤਾਂ ਕਰਕੇ ਆਇਆ ਸੀਗਾ ਹਾਂਜੀ ਠੀਕ ਹੈ ਜੀ ਕਿੰਨੀ ਦੇਰ ਹੋ ਗਈ ਇੱਥੇ ਆਪਾਂ ਨੂੰ 26 ਸਾਲ ਹੋ ਗਏ 26 ਸਾਲ ਤੋਂ ਉਮਰ ਕਿੰਨੀ ਉਮਰ ਤੁਹਾਡੀ 25 ਸਾਲ ਲੱਗਦੀ ਹੈ ਉਮਰ 40 ਸਾਲ ਹੋ ਗਈ ਉਹ ਅੱਛਾ ਵੈਸੇ ਆਪਕੀ ਤਵੱਚਾ ਸੇ ਆਪਕੀ ਉਮਰ ਕਾ ਪਤਾ ਹੀ ਨਹੀਂ ਚੱਲਤਾ ਚਲੋ ਵੈਰੀ ਨਾਈਸ ਜੀ ਥੈਂਕ ਯੂ ਵੈਰੀ ਮੱਚ ਕੋਈ ਗਿਫਟ ਗੁਫਟ ਦੇਣਾ ਹੋਵੇ ਪੁਲਿਸ ਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਡੋਂਟ ਮਾਈਂਡ ਥੈਂਕ ਯੂ ਹਾਂਜੀ ਹਾਂਜੀ ਕੀ ਹਾਲ ਚਾਲ ਹੈ ਠੀਕ ਠਾਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੱਕਜੋਤ ਸੰਧੂ ਹੈ ਇੱਕਜੋਤ ਸੰਧੂ ਹਾਂਜੀ ਕਿੱਥੇ ਰਹਿੰਦੇ ਇੱਥੇ 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 ਸੈਕਮਤ ਤੋਂ ਰਹਿੰਦੇ ਨੇੜੇ ਤੇ ਇੱਧਰ ਵੀ ਬੋਰਨ ਇੱਥੇ ਹਾਂਜੀ ਪੰਜਾਬੀ ਵਧੀਆ ਠੀਕ ਬੋਲਦੇ ਫਿਰ ਵੀ ਹਾਂਜੀ ਕਿਹੜੀ ਕਲਾਸ 'ਚ ਪੜ੍ਹਦੇ ਮੈਂ ਕਾਲਜ ਦੇ ਜਾਂਦਾ ਕਾਲਜ ਜਾਂਦਾ ਹਾਂਜੀ ਵੈਰੀ
ਗਰਲਫ੍ਰੈਂਡ ਦਾ ਤਾਂ ਨਹੀਂ ਨੰਬਰ ਚ ਨਹੀਂ ਨਾ ਗਰਲਫ੍ਰੈਂਡ ਦਾ ਨਹੀਂ ਹੈਗਾ ਅੱਛਾ ਫੇਰ ਠੀਕ ਆ ਲੋ ਫਿਰ ਕਰੋ ਐਸ਼ ਕਰੋ ਥੈਂਕ ਯੂ ਬੱਲੇ ਬੱਲੇ ਵੀ ਬਿਕਰ ਸਾ ਨਜ਼ਾਰਾ ਆ ਗਿਆ ਅੱਜ ਹੈਲੋ ਸਤਿਕਾਲ ਸਤਿਕਾਲ ਹਾਂਜੀ ਕੀ ਨਾਮ ਤੁਹਾਡਾ ਸਰ ਸੰਗਮਪ੍ਰੀਤ ਕੌਰ ਸੰਗਮਪ੍ਰੀਤ ਕੌਰ ਕਿਹੜੀ ਕਲਾਸ ਪੜ੍ਹਦੇ ਨੌਵੀਂ ਚ ਮੈਂ ਕੁਐਸਚਨ ਪੁੱਛਾਂ ਤੁਹਾਨੂੰ ਹਾਂਜੀ ਜਿਹੜੀ ਵੱਡੀ ABC ਹੁੰਦੀ ਹੈ ਇੱਕ ਛੋਟੀ ਹੁੰਦੀ ਹੈ ਹਾਂਜੀ ਜਿਹੜੀ ਵੱਡੀ ABC ਹੈ ਉਹ ਛੋਟੀ ABC ਤੋਂ ਕਿੰਨੀ ਵੱਡੀ ਹੈ ਉਹਦੀ ਉਮਰ ਮੇਰੇ ਨਾਲੋਂ ਅੱਧੀ ਸੀ ਪੰਜਾਬੀ ਸਮਝਦੇ ਨਾ ਤੇ ਹੁਣ ਮੈਂ ਜਿੱਦਾਂ 40 ਸਾਲ ਦਾ ਜੇ ਹੋ ਗਿਆ ਉਹਦੀ ਉਮਰ ਕਿੰਨੀ ਹੋਈ ਮੈਂ ਜਦੋਂ 2 ਸਾਲ ਦਾ ਸੀ ਮੇਰੇ ਭਰਾ ਦੀ ਉਮਰ ਮੇਰੇ ਨਾਲੋਂ ਅੱਧੀ ਸੀ ਹਾਫ ਹੁਣ ਮੈਂ 40 ਸਾਲ ਦਾ ਹੋ ਗਿਆ ਤੇ ਉਹਦੀ ਉਮਰ ਕਿੰਨੀ ਹੋਏਗੀ ਨਹੀਂ ਆਈਡੀਆ 30 ਹਾਂ ਤੁਹਾਡਾ ਨਾਮ ਦੱਸੋ ਅਨਮੋਲਪ੍ਰੀਤ ਕੌਰ ਅੱਛਾ ਕਿਹੜੀ ਕਲਾਸ ਪੜ੍ਹਦੇ 8 ਕਿੰਨੇ ਸਾਲ ਹੋ ਗਏ ਲਾਈਕ 13 8th ਵਿੱਚ 13 ਇਅਰ ਹੋ ਗਏ ਓ ਨੋ ਲਾਈਕ ਅੱਛਾ ਏਜ 13 ਹੈ ਵੈਰੀ ਨਾਈਸ ਚਲੋ ਕਿੱਦਾਂ ਬਾਈ ਆ ਜਾ ਕੀ ਹਾਲ ਚਾਲ ਹੈ ਠੀਕ ਹੈ ਇਹ ਜਿੱਦਾਂ ਉਹ ਜਾਦੂ ਨਹੀਂ ਸੀਗਾ ਉਹਦਾ ਅਕਸ਼ੇ ਕੁਮਾਰ ਨਾਲ ਰਿਤਿਕ ਰੋਸ਼ਨ ਨਾਲ ਫਿਲਮ 'ਚ ਉੱਦਾਂ ਲੱਗਦਾ ਤੇਰੇ ਕੋਲ ਵੀ ਜਾਦੂ ਹੈ ਕੋਈ ਕੀ ਨਾਮ ਕੀ ਹੈ ਗੁਰਨੂਰ ਸਿੰਘ ਨੂਰ ਸਿੰਘ ਤੁਹਾਨੂੰ ਪਤਾ ਵੀ ਕਿ ਵੱਡੀ ABC ਛੋਟੀ ABC ਕਿੰਨੀ ਵੱਡੀ ਹੁੰਦੀ ਨਹੀਂ ਪਤਾ ਨਹੀਂ ਚਲੋ ਵੈਰੀ ਗੁੱਡ ਕਿਹੜੀ ਕਲਾਸ 'ਚ ਪੜ੍ਹਦੇ ਚੌਥੀ ਆਓ ਬਈ ਬੇਟਾ ਤੁਸੀਂ ਆਓ ਇੱਧਰ ਹੁਣ ਵਾਹ ਜੀ ਵਾਹ ਵੈਰੀ ਨਾਈਸ ਤੈਨੂੰ ਠੰਡ ਨਹੀਂ ਲੱਗਦੀ ਕਿਉਂ ਵੈਰੀ ਗੁੱਡ ਨਾਮ ਦੱਸ ਦਿਓ ਬੇਟੇ ਆਪਣਾ ਮੁਸਕਾਨ ਵੈਰੀ ਨਾਈਸ ਨੇਮ ਕੋਈ ਸੌਂਗ ਆਉਂਦਾ ਕੋਈ ਸੌਂਗ ਆਉਂਦਾ ਸੌਂਗ ਸੁਣਾ ਦਿਓ ਕੋਈ ਵੀ ਇੰਗਲਿਸ਼ ਪੰਜਾਬੀ ਹਿੰਦੀ ਸੌਂਗ ਸੁਣਦੇ ਵੈਸੇ ਕਿਹੜੇ ਸਿੰਗਰ ਦਾ ਦਰਜੀਤ ਅੱਛਾ ਆਉਂਦਾ ਨਹੀਂ ਕੋਈ ਚਲੋ ਹੁਣ ਇੱਧਰ ਅੱਜ ਉਈ ਹਾਂਜੀ ਹਾਂਜੀ ਜਨਾਬ ਉਹ ਮੈਂ ਜਾਇਆ ਜੀ ਉੱਥੇ ਉਹਨੀ ਨਹੀਂ ਕੁਛ ਨਹੀਂ ਉਹ ਤਾਂ ਚੀਨਾ ਜਿਊਲਰ ਵਾਲਾ ਹੈਗਾ ਉਹ ਸੇਲ ਲਾਉਂਦਾ ਹੁੰਦਾ ਸਾਲ 'ਚ 2 ਦਿਨ ਹਾਂਜੀ ਇੱਥੇ ਇੱਧਰ ਬਾਹਰਲੇ ਮੁਲਕਾਂ 'ਚ ਨਾ ਜੀ ਅਮਰੀਕਾ ਦੇ ਵਿੱਚ ਥੈਂਕਸਗਿਵਿੰਗ ਡੇ ਹੁੰਦਾ ਇੱਕ ਆਪਾਂ ਤਾਂ ਹਾਈ ਥੈਂਕਸਲੈਸ ਹਨ ਇੱਥੇ ਥੈਂਕਸਗਿਵਿੰਗ ਦੇ ਹੁੰਦੇ ਧੰਨਵਾਦ ਕਰਦੇ ਨੇ ਇਹ ਅਤੇ ਹਾਂ ਇੱਕ ਬਲੈਕ ਫਰਾਈਡੇ ਹੁੰਦਾ ਜੀ ਕਾਲਾ ਸ਼ੁੱਕਰਵਾਰ ਕੱਲ੍ਹ ਨੂੰ ਅਤੇ ਉਹਦੀ ਸੇਲ ਸੂਲ ਜੀ ਲੱਗੀ ਸੀ ਉੱਥੇ ਆਇਆ ਸੀ ਮੈਂ ਉਹ ਲੋਕ ਉੱਥੇ ਇਕੱਠੇ ਹੋਏ ਸੀ ਹਾਂਜੀ 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 ਹਾਂ ਠੀਕ ਹੈ ਜਨਾਬ ਮੈਂ ਹੁਣ ਫਿਰ ਚੱਲਾਂ ਜੀ ਹਾਂਜੀ ਓਕੇ ਜੀ ਓਕੇ ਮੈਨੂੰ ਹੁਣ ਤੁਸੀਂ ਆਗਿਆ ਦਿਓ ਤਾਂ ਮੈਂ ਨਿਕਲਾਂ ਜੀ ਫਿਰ ਹਾਂਜੀ ਓਕੇ